हाँ जी हुण अंकुर कैनत ते उस तों बाद हनी शर्मा ये भी गुरदासपुर तो आ। हाँ जी ते हनी शर्मा ने भी अपने टोरोंटो दे विच दो सेमेस्टर लाउण तों बाद वो मॉन्ट्रियल मूव होए इत्थे ते जदों अपने एक होर स्टूडेंट किन्ने स्टूडेंट अपने दा सी एस क्यू आया हुण अपने इकट्ठे ਹੁਣ ਉਸ ਦਿਨ ਜਿਸ ਦਿਨ ਮੇਰਾ ਇੰਟਰਵਿਊ ਸੀ ਲਾਈਕ ਤਿੰਨ ਬੱਚੇ ਤਿੰਨ ਜਾਂ ਚਾਰ ਚਾਰਾਂ ਨੂੰ ਹੀ ਮਿਲ ਗਿਆ ਚਾਰ ਚਾਰ ਇੱਕ ਚਾਈਨੀਜ਼ ਸਟੂਡੈਂਟ ਹੀ ਬਾਕੀ 3 ਇੰਡੀਅਨ ਹੀ ਤਿੰਨ ਇੰਡੀਅਨ ਸੀ ਇੱਕ ਤਾਂ ਹੁਸ਼ਿਆਰਪੁਰ ਤੋਂ ਵੀ ਸੀਗਾ ਸਰ ਹੁਸ਼ਿਆਰਪੁਰ ਤੋਂ ਗਿਆ ਹਰਪ੍ਰੀਤ ਸਿੰਘ ਨੂੰ ਮਿਲਿਆ ਤੇ ਇੱਕ ਦਿਨ ਦੇ ਵਿੱਚ ਕਿਊਬਿਕ ਦੇ ਵਿੱਚ ਇਹਨਾਂ ਦੀ ਕਲਾਸ ਦੇ ਵਿੱਚ ਤਿੰਨ ਨਿਆਣਿਆਂ ਨੂੰ ਇੱਕੋ ਦਿਨ ਦੇ ਵਿੱਚ ਸੀ ਐਸ ਕਿਊ ਆਇਆ 18 ਨਵੰਬਰ 18 ਨਵੰਬਰ ਨੂੰ ਹਾਂ ਠੀਕ ਹੈ ਜੀ ਤੇ ਇੱਕੋ ਹੀ ਆਫੀਸਰ ਸੀ ਸੇਮ ਇੱਕੋ ਸੇਮ ਆਫੀਸਰ ਉਹਨੇ ਤੁਹਾਨੂੰ ਅਪਰੂਵ ਕੀਤਾ ਸਾਰਿਆਂ ਨੂੰ ਉਹਨੇ ਅਪਰੂਵ ਕੀਤਾ ਠੀਕ ਹੈ ਜੀ ਤੇ ਹਨੀ ਜਦੋਂ ਤੁਸੀਂ ਟੋਰਾਂਟੋ ਤੋਂ ਦੋ ਸੈਮੈਸਟਰ ਲਾਉਣ ਤੋਂ ਬਾਅਦ ਇੱਥੇ ਮੂਵ ਹੋਏ ਹਾਂਜੀ ਕੀ ਤੁਹਾਡਾ ਉਸ ਟਾਈਮ ਤੇ ਡਰ ਲੱਗਦਾ ਹੋਣਾ ਹਾਂਜੀ ਆਬਵੀਅਸਲੀ ਭਾਈ ਜਿਲੇ ਮੂਵ ਲੈਣਾ ਹੁੰਦਾ ਉਹਲੇ ਦਿਲ ਨਹੀਂ ਕਰਦਾ ਬੰਦਾ ਕਿਉਂਕਿ ਇੱਕ ਜਗ੍ਹਾ ਸੈਟਲ ਹੋ ਗਿਆ ਹੁੰਦਾ ਟੋਰਾਂਟੋ 8 ਮਹੀਨੇ 9 ਮਹੀਨੇ ਹੋ ਗਏ ਸੀ ਸਾਨੂੰ ਬੰਦੇ ਹਾਂਜੀ ਦਿਲ ਨਹੀਂ ਕਰਦਾ ਕਿ ਕਿਤੇ ਨਵੀਂ ਜਗ੍ਹਾ ਜਾਵਾਂਗੇ ਮੂਵ ਤੇ ਮੌਂਟਲ ਦੇ ਬਾਰੇ ਕੁਝ ਸੁਣਿਆ ਵੀ ਨਹੀਂ ਪਰ ਜਦੋਂ ਹੀ ਪਤਾ ਲੱਗਿਆ ਕਿ ਹਾਂ ਇਮੀਗ੍ਰੇਸ਼ਨ ਲਈ ਈਜ਼ੀ ਹੈ ਲਾਈਕ ਇਹ ਕੋਰਸ ਈਜ਼ੀ ਹੈ ਤਾਂ ਤੁਸੀਂ ਮਤਲਬ ਇਮੀਗ੍ਰੇਸ਼ਨ ਪਹਿਲੇ ਹੋ ਸਕਦਾ ਟੋਰਾਂਟੋ ਚ ਤਾਂ ਬਹੁਤ ਹਾਰਡ ਹੈ ਇਮੀਗ੍ਰੇਸ਼ਨ ਲੈਣਾ ਫਿਰ ਅਸੀਂ ਸੋਚਿਆ ਬਹੁਤ ਇੱਕ ਮਹੀਨਾ ਸੋਚ ਲਾਇਆ ਕਿਉਂਕਿ ਅਸੀਂ ਦੋ ਸਮੈਸਟਰ ਆਲਰੇਡੀ ਕਰ ਚੁੱਕੇ ਸੀ ਠੀਕ ਹੈ ਬਾਅਦ ਚ ਤੁਸੀਂ ਵੀ ਥੋੜਾ ਸਾਥ ਦਿੱਤਾ ਕਿ ਹਾਂ ਕਿ ਚਲੋ ਉੱਥੇ ਜਾਓ ਤੁਹਾਨੂੰ ਤੁਸੀਂ ਸਟੱਡੀ ਕਰੋ ਤੇ ਤੁਹਾਨੂੰ ਉੱਥੇ ਫੀਸ ਵੀ ਘੱਟ ਹੈ ਜੇ ਦੇਖੀ ਜਾ ਕੇ ਇੰਸ਼ੋਰੈਂਸ ਚੀਪ ਹੈ ਹਾਂ ਲਾਈਕ 500 ਡਾਲਰ ਸਾਲ ਦੀ ਸਾਲ ਦੀ 500 ਡਾਲਰ 40-50 ਡਾਲਰ ਮਹੀਨੇ ਦੇ ਉਹ ਵੀ ਨਵੇਂ ਬੰਦੇ ਦੀ ਨਵੇਂ ਬੰਦੇ ਦੀ ਠੀਕ ਹੈ ਤੇ ਰਹਿਣ ਦਾ ਅਕੋਮੋਡੇਸ਼ਨ ਦਾ ਕਿੰਨਾ ਪੇ ਕਰਦੇ ਪਏ ਇੱਥੇ ਅਕੋਮੋਡੇਸ਼ਨ ਅਸੀਂ 4 ਬੰਦੇ ਰਹਿੰਦੇ ਆ ਲਾਈਕ 200 ਦੇ ਲੱਗ ਗਿਆ 180-150 ਦੇ ਪਹਿਲੇ ਆਂਦੇ ਰਹੇ ਆ ਹੁਣ ਇੱਕ ਬੰਦਾ ਮੂਵ ਹੋ ਗਿਆ ਨੇ ਮਤਲਬ 150-200 ਦੇ ਵਿੱਚ ਵਿੱਚ ਹੀ ਦਿੰਦਾ ਕੋਈ ਜ਼ਿਆਦਾ ਨਹੀਂ ਹੈ ਟੋਰਾਂਟੋ ਤੇ 400-400 ਦਿੰਦੇ ਰਹੇ ਆ ਬਿਲਕੁਲ ਨਾਲੇ ਇੱਥੇ ਜਿੱਦਾਂ ਦੇ ਰੂਮ ਹੈਗੇ ਕਮਰੇ ਹੈਗੇ ਆ ਇੱਥੇ ਤਾਂ ਬਹੁਤ ਵਧੀਆ ਰੂਮ ਮਿਲ ਜਾਂਦੇ ਅਪਾਰਟਮੈਂਟ ਬਿਲਡਿੰਗ 4.5 ਖੁੱਲੇ ਡੁੱਲੇ ਆ ਉੱਥੇ ਤਾਂ ਬੇਸਮੈਂਟਾਂ ਮਿਲਦੇ ਆ ਹੀ ਨਾਲ ਹੈਵੀ ਮਹਿੰਗੀਆਂ ਹੀ ਯਾਰ ਦੀ 1200 ਦੀ ਮਿਲ ਰਹੀ ਹੈ ਤੇ ਤੁਸੀਂ ਸਟੂਡੈਂਟ ਨੂੰ ਇਸ ਟਾਈਮ ਤੇ ਜਦੋਂ ਤੁਸੀਂ ਪੱਕੇ ਹੋਏ ਆ ਕੀ ਕਹੋਗੇ ਕਿ ਹਾਂ ਵੀ ਡਿਪਲੋਮਾ ਸਬਮਿਟ ਕੀਤਾ ਹੈ ਅਪ੍ਰੈਲ ਚ ਉਸ ਤੋਂ ਬਾਅਦ ਹੀ ਸਾਡਾ ਨਾਲ ਹੀ ਸੀ ਐਸ ਕਿਊ ਦੀ ਇੰਟਰਵਿਊ ਨਾਲ ਹੀ ਕਾਲ ਆ ਗਈ ਸਾਨੂੰ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਜਿਹੜਾ ਇੱਕ ਤੁਹਾਨੂੰ ਅਸੀਂ ਡਿਸੀਜਨ ਲਿਆ ਸੀਗਾ ਕਿ ਕਈ ਜਿੱਦਾਂ ਤੁਸੀਂ ਵੀ ਕਈ ਹੋਰ ਬੱਚੇ ਕਹਿੰਦੇ ਫਾਈਲਾਂ ਆਪ ਲਾ ਲਈਏ ਹਾਂਜੀ ਜਿਹੜਾ ਤੁਹਾਨੂੰ ਰੋਨਾਲਡ ਡੈਰੀ ਜਿਹੜਾ ਤੁਹਾਡਾ ਲਾਇਰ ਆ ਉਹ ਜਿਹੜਾ ਸੀ ਆਪਣੇ ਵੱਲੋਂ ਇਧਰ ਕੰਪਨੀ ਵੱਲੋਂ
ਕਿਉਂਕਿ ਜਿੰਨੇ ਹੁਣ ਇੱਥੇ ਤੁਸੀਂ ਲਾਇਰ ਕਰਦੇ ਹੋ ਆਪਣਾ ਕੇਸ ਕਰਾਉਂਦੇ 3,000 $3,500 ਲੈਂਦਾ ਐ ਉਹਨਾਂ ਨੇ ਸਭ ਤੋਂ ਸਸਤਾ ਭਾਈ ਉਹਨਾਂ ਨੇ 2,000 ਚ ਕਰਾਇਆ ਦਾ ਜੋ ਕਿ ਕੋਈ ਲਾਇਰ ਨਹੀਂ ਲੈਂਦਾ ਤੇ ਉਹ ਕੋਈ ਏਦਾਂ ਦਾ ਨਾਲੇ ਉਹ ਲਾਇਰ ਆ ਉਹ ਕੋਈ ICICI ਮੈਂਬਰ ਨਹੀਂ ਕੋਈ ਕੰਸਲਟੈਂਟ ਨਹੀਂ ਉਹਦੇ ਕੋਲ 16 ਸਾਲ ਦਾ ਇਸ ਟਾਈਮ ਤੇ ਐਕਸਪੀਰੀਅੰਸ ਵਾ ਤੇ ਉਹਦੇ ਪੇਜ ਤੇ ਵੀ ਤੁਸੀਂ ਕੈਨੇਡੀਅਨ ਨਾਮ ਦਾ ਪੇਜ ਉਹਦੇ ਤੇ ਜਾ ਕੇ ਉਹਦੇ ਹਰ ਰੋਜ਼ ਦੇ ਮਹੀਨੇ ਦੇ ਵਿੱਚ 15-20 ਜਣੇ ਦਾ ਪੱਕੇ ਕਰਾਉਂਦਾ ਪਿਆ ਇਸ ਟਾਈਮ ਤੇ ਬਹੁਤ ਸਾਰੇ ਇੰਟਰਵਿਊ ਬਹੁਤ ਆ ਨਾਲ ਉਹਨੇ ਇਹੀ ਕਿਹਾ ਸੀ ਐਂਡ ਤੇ ਮੈਨੂੰ ਤੇ ਉਹਨੇ ਇੱਕੋ ਹੀ ਕਿਹਾ ਗੱਲ ਕਹਿੰਦਾ ਜੋ ਵੀ ਹੈਗਾ ਖੁੱਲ ਕੇ ਉਹਨੂੰ ਆਫੀਸਰ ਨੂੰ ਦੱਸਣਾ ਕੋਈ ਚੱਕਰ ਨਹੀਂ ਹੈ ਕੋਈ ਡਰਨ ਦੀ ਗੱਲ ਨਹੀਂ ਹੈ ਕੋਈ ਬੰਦਾ ਹੀ ਹੈ ਕੋਈ ਗੱਲ ਨਹੀਂ ਉਹੀ ਨੋਰਮਲ ਹੋਇਆ ਇੰਟਰਵਿਊ ਨੂੰ ਮੈਨੂੰ ਕੁਐਸਚਨ ਪੁੱਛੇ ਮੈਂ ਜਵਾਬ ਦਿੱਤੇ ਦੈਟਸ ਇਟ ਉਹਨੂੰ ਮੈਨੂੰ ਬਾਅਦ ਚ ਇਸ਼ੂ ਕਰਤਾ ਤੇ ਹੋਪਫੁਲੀ ਜਿਹੜੇ ਹੁਣ ਆਪਾਂ ਜਿਹੜੇ 16 ਪੁਆਇੰਟ ਦਾ ਕੋਰਸ ਕਰਦੇ ਪਏ ਆ ਕਈ ਬੰਦੇ ਉਹਨਾਂ ਦੀ ਉਹਨਾਂ ਨੂੰ ਇੰਟਰਵਿਊ ਦੀ ਵੀ ਉਮੀਦ ਹੈ ਸ਼ਾਇਦ ਔਖੀ ਹੈ ਕਿ ਨਹੀਂ ਹੋਣੀ ਚਾਹੀਦੀ ਜੇ ਉਹਨਾਂ ਦੇ ਕਿਉਂਕਿ 55 56 ਪੁਆਇੰਟ ਆ ਉਹਨੂੰ ਤੇ ਦੇਣਾ ਹੀ ਦੇਣਾ ਉਹਨੂੰ ਕਈਆਂ ਨੂੰ ਤੇ ਸ਼ਾਇਦ ਨਾ ਹੀ ਸੱਦਣ ਉਹ ਇੰਟਰਵਿਊ ਤੇ ਕਿਦਾਂ ਹੀ ਫ੍ਰੈਂਚ ਤੋਂ ਬਿਨਾਂ ਕਿ ਫ੍ਰੈਂਚ ਦੇ ਨਾਲ ਮਿਲਿਆ ਇਹ ਪਹਿਲੇ ਖੈ ਗੱਡੀ ਫ੍ਰੈਂਚ ਤਾਂ ਨਹੀਂ ਆਂਦੀ ਭਾਈ ਪਰ ਫਿਰ ਵੀ ਬੇਸਿਕ ਜੋ ਸਿਖਾਉਂਦੇ ਆ ਜੋ ਅਸੀਂ ਬੋਲਨੇ ਆ ਬੇਸਿਕ ਤੇ ਚਲੋ ਥੋੜੀ ਬੋਦੀ ਹੁਣ ਕੋਰਸ ਸਾਡੇ ਕੋਰਸ ਵਿੱਚ ਹੀ 2 ਮੋਡਿਊਲ ਕੀਤੇ ਕਿਦਾਂ ਹੈਲੋ ਹਾਈ ਗ੍ਰੀਟਿੰਗ ਕਿਦਾਂ ਕਰਨੀ ਆ ਉਹ ਤੇ ਕੀਤੀ ਉਹ ਪਤਾ ਸਾਨੂੰ ਕਿਦਾਂ ਕਰਦੇ ਆ ਤੋ ਉਹਨਾਂ ਵੀ ਆਫੀਸਰ ਨਾਲ ਹੈਲੋ ਹਾਈ ਕਰਦੇ ਉਹਨੂੰ ਥੋੜਾ ਵਧੀਆ ਲੱਗੇਗਾ ਕਿਉਂਕਿ ਇਹ ਫ੍ਰੈਂਚ ਪ੍ਰੋਵਿੰਸ ਆ ਤੁਹਾਨੂੰ ਹੈਲੋ ਹਾਈ ਕਿਹਨੂੰ ਗ੍ਰੀਟ ਕਰਦੇ ਹੋ ਉਹ ਤਾਂ ਜੇ ਤੁਹਾਨੂੰ ਕੋਈ ਆ ਕੇ ਪੰਜਾਬੀ ਚ ਕਹਿੰਦੇ ਸਤਿ ਸ੍ਰੀ ਅਕਾਲ ਜੀ ਮੈਨੂੰ ਹੋਰ ਕਹਿੰਦੇ ਤੁਹਾਨੂੰ ਵਧੀਆ ਲੱਗੂਗਾ ਸਾਡਾ ਕਿਉਂਕਿ ਅਸੀਂ ਪੰਜਾਬ ਤੋਂ ਆ ਸਾਨੂੰ ਫਿਰ ਸਤਿ ਸ੍ਰੀ ਅਕਾਲ ਆਣ ਬੋਲੇਗਾ ਤਾਂ ਅਸੀਂ ਵਧੀਆ ਲੱਗਣਾ ਤੇ ਤੁਸੀਂ ਨਿਆਣੇ ਨੂੰ ਕਹੋਗੇ ਕਿ ਹਾਂ ਵੀ ਖੁੱਲ ਕੇ ਇੱਥੇ ਆਓ ਬਿਲਕੁਲ ਬਿਲਕੁਲ ਮੈਂ ਜਿੱਥੇ ਮੈਂ ਮੇਰਾ ਐਕਸਪੀਰੀਅੰਸ ਇਹ ਆ ਕਿਊਬੈਕ ਲਈ ਕਿਊਬੈਕ ਜੋ ਇਮੀਗ੍ਰੇਸ਼ਨ ਲਈ ਆ ਜਿੱਦਾਂ PR ਲਈ ਆ ਮੈਨੂੰ ਮੇਰੇ ਹਿਸਾਬ ਨਾਲ ਬਹੁਤ ਵਧੀਆ ਆ ਹੋਰ ਜਾਂ ਹੋਰ ਜਗ੍ਹਾ ਜਾਣ ਦਾ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਫਾਇਦਾ ਹਰ ਜਗ੍ਹਾ ਵੇਟਿੰਗ ਹੈ ਹੋਰ ਵੀ ਜਿਹੜੇ ਪ੍ਰੀਵੀਅੰਸ ਤੇ ਕਰੋ ਟਾਈਮ ਲੱਗਦਾ ਕੋਰਸ ਦੇ ਕੋਰਸ ਪੈਸੇ ਜ਼ਿਆਦਾ ਲੱਗਦੇ ਆ ਫਿਰ ਉਸ ਤੋਂ ਬਾਅਦ ਇੱਥੇ ਤੁਸੀਂ ਪੜ੍ਹਾਈ ਦੇ ਘੱਟ ਪੈਸੇ ਖਰਚੋ ਇਮੀਗ੍ਰੇਸ਼ਨ ਵੀ ਨਾਲ ਲਗਾਓ ਬਿਲਕੁਲ ਨਾਲੇ ਹਨੀ ਜਿਹੜੀ ਇੱਕ ਹੋਰ ਚੀਜ਼ ਸੀਗੀ ਮੇਨ ਕਿ ਹਨੀ ਮਕੈਨੀਕਲ ਦਾ ਸਟੂਡੈਂਟ ਸੀ ਡਿਗਰੀ ਕੀਤੀ ਹੋਈ ਆ ਇੰਡੀਆ ਤੋਂ ਅਕਾਊਂਟਿੰਗ ਦੀ ਸਟੱਡੀ ਕੀਤੀ ਇੱਥੇ ਨੇ ਆ ਕੇ ਕੋਰ ਆਪਣਾ ਫੀਲਡ ਚੇਂਜ ਕਰ ਲਿਆ ਕਈ ਨਿਆਣੇ ਦੇ ਮਨ ਚ ਭੁਲੇਖਾ ਹੁੰਦਾ ਮੈਂ ਫੀਲਡ ਚੇਂਜ ਕਰ ਲੂੰਗਾ ਕੱਲ ਨੂੰ ਮੈਨੂੰ ਪਤਾ ਨਹੀਂ ਹੁਣ ਤੁਹਾਡੇ ਮੋਰੇ ਪੱਕੇ ਹੋਏ ਬੈਠਾ ਹਾਂ ਠੀਕ ਹੈ ਉਸ ਤੋਂ ਬਾਅਦ ਮਨ ਚ ਭੁਲੇਖਾ ਉੱਥੇ ਏਜੰਟ ਕਹੀ ਜਾਂਦੇ ਕਿ ਹਾਂ ਵੀ ਕਾਲਜ ਨਹੀਂ ਤੁਸੀਂ ਬਦਲ ਸਕਦੇ ਕੋਰਸ ਨਹੀਂ ਬਦਲ ਸਕਦੇ ਏਦਾਂ ਦਾ ਕੁਛ ਨਹੀਂ ਹੈਗਾ ਤੁਹਾਡੇ ਮੋਰੇ 2-2 ਸਮੈਸਟਰ ਲਾ ਕੇ ਇਹਨਾਂ ਦੇ ਨਾਲ ਹੁਣ ਹਰ ਸਾਲ 350 ਤੋਂ 450 ਜਾਣਾ ਸਿਰਫ ਟੋਰਾਂਟੋ ਤੋਂ ਮੂਵ ਹੋ ਕੇ ਇਹਨਾਂ ਦੇ ਕੋਲ ਇੱਥੇ ਕਾਲਜ ਦੇ ਵਿੱਚ ਆ ਰਿਹਾ ਆ ਉਹਨਾਂ ਨੂੰ ਦੇਖਦੇ ਪਏ ਕਿ ਹੁਣ ਨਿਆਣੇ ਪੱਕੇ ਹੁੰਦੇ ਪਏ ਆ ਤੇ ਤੁਸੀਂ ਵੀ ਕਿਸੇ ਗੱਲ ਦੀ ਡਰਨ ਦੀ ਲੋੜ ਨਹੀਂ ਸਿੱਧਾ ਇਮੀਗ੍ਰੇਸ਼ਨ ਨੂੰ CIC ਨੂੰ ਕਾਲ ਕਰੋ ਕਿ ਹਾਂਜੀ ਆ ਪੁੱਛ ਲਓ ਕਿ ਆਪਾਂ ਕਾਲਜ ਬਦਲ ਸਕਦੇ ਕਿ ਨਹੀਂ ਉਸ ਤੋਂ ਬਾਅਦ ਆਪਣਾ ਡਿਸੀਜਨ ਲੈ ਕੇ ਮੌਂਟਲ ਆਓ ਤੇ ਇਹਨਾਂ ਵਾਂਗੂ 2 ਸਾਲਾਂ ਦੇ ਵਿੱਚ ਪੱਕੇ ਹੋਣ ਦਾ ਆਪਣਾ ਸੁਪਨਾ ਪੂਰਾ ਕਰੋ ਤੇ ਆਪਣੇ ਘਰਦਿਆਂ ਨੂੰ ਜਿੰਨੀ ਛੇਤੀ ਹੋਵੇ ਨਾਲ ਉਹਨਾਂ ਨੂੰ ਮਿਲੋ ਘਰ ਦੇ ਵੀ ਹੈਪੀ ਹੋਏ ਤਾਂ ਤੁਸੀਂ ਜਲਦੀ ਪੱਕੇ ਹੋ ਜਾਂਦੇ ਹੋ ਮੇਨ ਜਦੋਂ ਆਏ ਹੀ ਸਾਨੂੰ ਵੀ ਆਈ ਡਰ ਹੀ ਕਿ ਹਾਂ ਮੂਵ ਆਬਵੀਅਸਲੀ ਸਾਡੇ ਅਸੀਂ ਮਕੈਨੀਕਲ ਕੀਤੇ ਸਾਡੇ ਲਈ ਵੀ ਮੂਵ ਹੋਣਾ ਬਹੁਤ ਮੁਸ਼ਕਿਲ ਸੀ ਉਸ ਟਾਈਮ ਤਾਂ ਅਸੀਂ ਤੁਸੀਂ ਸਾਨੂੰ ਦੱਸਿਆ ਪਰ ਸੋਚਣਾ ਸੀ ਤੁਹਾਨੂੰ ਭਾਈ ਇੱਕ ਮਹੀਨਾ ਦੱਸਿਆ ਕਿ ਹਾਂ ਸੋਚ ਕੇ ਪੂਰਾ ਦਿਮਾਗ ਫਿਰ ਅਸੀਂ ਸੋਚ ਕੇ ਹੁਣ ਅਸੀਂ ਅਸੀਂ ਫੀਲ ਕਰਨਾ ਕਿ ਹਾਂ ਭਾਈ ਜੋ ਲਿਆ ਤੁਸੀਂ ਦੱਸਿਆ ਉਹ ਤੁਹਾਡਾ ਵੀ ਤੇ ਸਾਡਾ ਵੀ ਡਿਸੀਜਨ ਰਾਈਟ ਠੀਕ ਤੇ ਮੁੰਡੇ ਬਾਕੀ ਨਾਲ ਦੇ ਪੱਕੇ ਹੋਈ ਜਾਂਦੇ ਕੋਈ ਸਾਰੇ ਪੱਕੇ ਆਏ ਸਾਡੇ 4 ਮੁੰਡੇ ਆ ਤੇ ਇਹਨਾਂ ਦੇ ਪੱਕੇ ਹੋ ਗਏ ਤਿੰਨੇ ਇੱਕੋ ਘਰ ਚ ਠੀਕ ਤੇ ਇੱਕ ਦਾ ਬਰਥ ਸਰਟੀਫਿਕੇਟ ਇੱਕ ਦਾ ਬਰਥ ਸਰਟੀਫਿਕੇਟ ਮੰਗਿਆ ਉਹਨੂੰ ਵੀ ਹੋਰ ਵੀ ਇੰਟਰਵਿਊ ਮਿਲ ਲੱਗਦਾ ਅਸੀਂ ਮਹੀਨੇ ਚ ਆ ਜੂਗੇ ਠੀਕ ਹੈ ਜੀ ਚਾਰੇ ਅਸੀਂ ਮਤਲਬ ਇਕੱਠੇ ਫਰੈਂਡਸ ਆ ਇਕੱਠੇ ਰਹਿੰਦੇ ਚਾਰੇ ਪੱਕੇ ਹੋ ਗਏ ਆ ਇੱਕ ਹਿਸਾਬ ਦੇ ਤੇ ਪਾਰਟੀ ਵਗੈਰਾ ਕਰ ਲਈ ਕਿਦਾਂ ਪਾਰਟੀਆਂ ਕੱਲ ਕੀਤੀ ਦੁਨੀਆ ਆ ਗਏ ਸਾਰੇ ਕੱਲ ਕੱਟੇ ਸਾਰੇ ਬੈਗ ਬਿਲਕੁਲ ਤੇ ਬਹੁਤ ਕੱਲ ਆਪਾਂ ਇੱਥੇ ਇੰਜੋਏ ਕੀਤਾ ਮੁੰਡੇ ਦੇ ਜਦੋਂ ਪੱਕੇ ਹੋਏ ਪਾਰਟੀ ਵੀ ਕਰਕੇ ਗਏ ਤੇ ਇਹਨਾਂ ਨੂੰ ਗੁੱਡ ਲੱਕ ਕਰਦੇ ਆ ਕਿ ਇਹਨਾਂ ਦੇ ਫਿਊਚਰ ਦੇ ਲਈ ਵੀ ਤੇ ਅੱਗੇ ਹੋਰ ਤਰੱਕੀਆਂ ਕਰਨ ਤੇ ਜਿੱਦਾਂ ਹੁਣ 42,000 ਦਾ ਪੈਕੇਜ ਕਹਿੰਦੇ ਪਏ ਆ ਇਹ 1,00,000 ਨਾਲ ਹੋਰ ਲਾਉਣਾ 1,40,000 ਤੱਕ ਪਹੁੰਚ ਜਾਂਦੇ ਅੱਗੇ ਹੋਣਾ ਹੀ ਹੁਣ ਪੱਕੇ ਹੋ ਗਏ ਅੱਗੇ ਅੱਗੇ ਹੋਰ ਵੀ ਚੀਜ਼ਾਂ ਤੁਹਾਨੂੰ ਪਤਾ ਚੱਲਣੀਆਂ ਅੱਗੇ ਤੁਸੀਂ ਕਰਨਾ ਕੰਮ ਹੋਰ ਵੀ ਕੰਮ ਕਰ ਸਕਦੇ ਹੋ ਕਿਸੇ ਵੀ ਬੱਚੇ ਨੇ ਕੇਸ ਹਨੀ ਦਾ ਜਾਂ ਇਹਦੇ ਨਾਲ ਦੇ ਜਿਹੜੇ ਮੁੰਡੇ ਰਹਿੰਦੇ ਉਹਦਾ ਨੰਬਰ ਚਾਹੀਦਾ ਹੋਵੇ ਪਰਸਨਲੀ ਆ ਕੇ ਮਿਲਣਾ ਚਾਹੁੰਦੇ ਜਦੋਂ ਮਰਜ਼ੀ ਇਹਨਾਂ ਨੂੰ ਤੁਸੀਂ ਕਾਲ ਕਰਕੇ ਇਹਨਾਂ ਨੂੰ ਪਰਸਨਲੀ ਆ ਕੇ ਮਿਲ ਵੀ ਸਕਦੇ ਕੋਈ ਗੁਰਦਾਸਪੁਰ ਤੋਂ ਹੈਗੇ ਖੁੱਲੇ ਦਿਲ ਦੇ ਬੰਦੇ ਆ ਕੋਈ ਚੱਕਰ ਨਹੀਂ ਹੈ ਕਿਸੇ ਗੱਲ ਦੀ ਕਿਉਂ ਨਹੀਂ ਹਾਂਜੀ ਸਰ ਥੈਂਕ ਯੂ ਯਾਰ ਨੋ ਥੈਂਕ ਯੂ